गुरप्रीत, गुरप्रीत जरा मेनू फोन फड़ा। कोई हूं हाँ नहीं करती भी कितने हैगी है। आ बेटी जरा मेनू फोन फड़ा के मैं कुड़ी नू फोन करा। 2-3 दिन हो गए ने, कोई कुड़ी नाल गल नहीं हुई, हाल ही नहीं पूछा मैं, तो उहदा टाइम ही नहीं मिलने लग्या मैनू। तो लिया फड़ा जरा आके मैनू पुत्र फोन। गुरप्रीत, हाँ जी मम्मी जी। हाँ जी बोलो, किन्नू करना है? अच्छा देनी है, चैन आई यार, 1 मिनट इन्हें चैन ही नहीं मिलता। 24 घंटे दीदी ने फोन करना, और कोई काम ही नहीं, साड़ी तो परवाह ही नहीं जी। सारा दिन आप मरते रहिए इतने, 24 घंटे कुड़ी के पिछे पई रही है, वो ज्यादा चिंता लगी रही। हेलो मम्मी जी, फोन कर लो तुसी फोन दीदी ने। मैं तो तेनूं किन्नियां आवाजां मारियां ने, तू जवाब ही नहीं कोई हुंदा। मैं सुनिया नहीं सी ना। अच्छा चल कोई गल नहीं। हाँ जी, हाँ की हो गया है? तुसी फोन करना, तेरी दीदी नूं फोन करना। हाँ जी कोई गल है? हाय कोई गल होएगी तां ही फोन करांगी मैं, उन्हें तेनूं नहीं पता किहड़े हाल ते च हैगी है कुड़ी दा हाल चाल, ते पुछना चाहिदा ना। हाँ जी, उत्थे उन्हां दी हैगी ते है, सस हैगी है, उन्हां दे ध्यान रखण वास्ते। तेरे कहने का की मतलब है कि मैं उन्हें फोन ना करा? नहीं नहीं मेरा ये कहने का मतलब नहीं, फिर भी उन्होंने हैगे है ना ध्यान रखने वास्ते। ते तुसी हैगे ने, ज्यादा ते लख हैगे ने, जिथे माँ हैगी माँ ही हैगी, जिथे सस हैगी है। ना टेंशन लिया करो ना। हजे ना तुसी इन्ना रामा ते नहीं पाए पुत्र, धीआं दी टेंशन मावां नूं बड़ियां हुंदियां ने, नाल पता ना वो केड़ी कंडीशन विच है। मैनूं तां सारी रात नींद नहीं आउंदी उहदे पिछे, मेरी तां जान वसदी उहदे च, ते तुसी कह के गल ही गवा दिंदियां जे। मैं करदी हाँ फोन उहनूं कुड़ी नूं, 2-3 दिन ही हो गए ने, वो कल विआह च लगी रही कुड़ी नूं ध्यान ही नहीं किता, मैं फोन कर करना ला। पड़ेगा। हाँ जी मम्मी, इतने बेटा गोल्डी की पेंट पई सी, उस वेले कहन डे सी मैनूं लभी नहीं। तुसीं बहि जाओ मम्मी, मैं कट दिंदी हां। क्यों पुत्र, तू वैर मान कर, कोई गल नहीं, तेनूं डॉक्टर ने कहा ना कि बैड रेस्ट है तेरे। पेंट ना इतने एंड जे ते पई होनी, तुहाडे कोल बैठिया नहीं जाना थले। कोई नहीं पुत्र, तू फिक्र ना कर, बस तू अपना ध्यान रख। हांजी मम्मी, मैं बिलकुल ठीक हां, तुसी दसो। बहुत वधिया, हुण तुसी सुनाओ। कोई गल नहीं भैन जी,
ਤੁਸੀਂ ਆ ਬਾਕੀ ਕਿਰਨ ਹਾਂਜੀ ਤੁਸੀਂ ਕਿਰਨ ਨਾਲ ਗੱਲ ਕਰੋ ਆ ਲੈ ਬੇਟਾ ਗੱਲ ਕਰ ਮੈਂ ਆਈ ਜਰਾ ਕਰ ਗੱਲ ਕਰ ਠੀਕ ਹੈ ਮੰਮੀ ਹੈਲੋ ਕਿਰਨ ਹਾਂਜੀ ਮੰਮੀ ਪੁੱਤਰ ਆ ਜਾ ਤੂੰ ਇੱਥੇ ਹੈ ਮੰਮੀ ਮੈਂ ਤੁਹਾਨੂੰ ਕਹਿ ਦਿੱਤਾ ਮੈਂ ਨਹੀਂ ਆਣਾ ਮੈਂ ਇੱਥੇ ਠੀਕ ਹੈਗੀ ਹਾਂ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਮੈਨੂੰ ਕਾਕੇ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਵੀ ਤੈਨੂੰ ਮੇਰੀ ਨਹੀਂ ਆਉਂਦੀ ਵੀ ਮੈਨੂੰ ਤੇਰੀ ਨਹੀਂ ਪਈ ਆਉਂਦੀ ਵੇਖ ਮੰਮੀ ਤੇਰੀ ਉੱਥੇ ਇਕੱਲੀ ਹੈ ਸਾਰਾ ਵਿਚਾਰੀ ਘਰ ਦਾ ਵੀ ਕਰੇਗੀ ਆਇਆ ਗਿਆ ਵੀ ਸਾਰਾ ਕਿਵੇਂ ਸਾਂਭੇਗੀ ਹੈ ਇੱਥੇ ਤੇਰੀ ਭਾਬੀ ਵੀ ਹੈਗੀ ਹੈ ਘਰ ਸਾਰੇ ਕੰਮ ਵਾਲੀ ਲੱਗੀਆਂ ਨੇ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ ਉਹ ਤੇ ਗੱਲ ਠੀਕ ਆ ਮੈਨੂੰ ਪਤਾ ਮੰਮੀ ਤੁਸੀਂ ਮੇਰੀ ਫਿਕਰ ਕਰਦੇ ਜੇ ਤੇ ਕੋਈ ਗੱਲ ਨਹੀਂ ਭਾਬੀ ਨੇ ਹੋਰ ਵੀ ਬੜੇ ਕੰਮ ਆ ਤੇ ਮੈਂ ਨਹੀਂ ਆ ਸਕਦੀ ਮੈਂ ਆਣਾ ਹੀ ਨਹੀਂ ਆ ਇਸ ਵਾਰ ਭਾਈ ਕਿਰਨ ਪੁੱਤਰ ਤੂੰ ਤੇ ਮੈਨੂੰ ਜਵਾਬ ਵੀ ਦੇਣੀ ਤੇ ਮੈਂ ਦੱਸ ਫਿਰ ਮੈਂ ਹੁਣ ਕਿਤੇ ਮੈਂ ਉੱਥੇ ਆਵਾਂ ਫਿਰ ਮੈਂ ਕੀ ਕਰਾਂ ਦੱਸ ਮੈਂ ਤੁਹਾਨੂੰ ਕਿਹਾ ਤੇ ਆ ਮੇਰੀ ਫਿਕਰ ਨਾ ਕਰੋ ਮੰਮੀ ਹੈਗੇ ਤੇ ਆ ਉਹਨਾਂ ਨੇ ਆਪੇ ਸਾਂਭ ਲੈਣਾ ਸਾਰਾ ਕੁਝ ਭਾਈ ਉਹ ਕੱਲੀ ਜਣੀ ਵਿਚਾਰੀ ਕਿਵੇਂ ਕਰੇਗੀ ਕੋਈ ਗੱਲ ਨਹੀਂ ਮੰਮੀ ਕਰ ਲਈ ਹੋਗੀ ਹੈ ਮੇਰੀ ਔਲਾਦ ਦੇ ਮੰਮੀ ਉਹ ਕਰ ਲੈਣਗੇ ਤੇ ਤੁਸੀਂ ਹੁਣ ਮੈਨੂੰ ਬਾਰ ਬਾਰ ਤੰਗ ਨਾ ਕਰਿਓ ਫੋਨ ਕਰ ਕਰਕੇ ਆ ਜਾ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਮੈਂ ਨਹੀਂ ਆਉਣਾ ਤੇ ਮਤਲਬ ਨਹੀਂ ਆਉਣਾ ਤੇ ਹੁਣ ਮੈਂ ਫੋਨ ਕੱਟਣ ਲੱਗੀ ਹਾਂ ਤੇ ਹੁਣ ਜੇ ਮੈਨੂੰ ਫੋਨ ਕੀਤਾ ਇਸ ਟੌਪਿਕ ਤੇ ਤੇ ਮੈਂ ਤੁਹਾਡੇ ਨਾਲ ਫਿਰ ਗੱਲ ਨਹੀਂ ਕਰਨੀ ਜੇ ਚੱਲ ਫਿਰ ਮੈਂ ਆ ਕੇ ਗੱਲ ਕਰਾਂਗੀ ਤੇਰੇ ਨਾਲ ਠੀਕ ਆ ਮੈਂ ਆਉਣਾ ਨਹੀਂ ਆ ਪਰ ਚਲੋ ਠੀਕ ਆ ਓਕੇ ਬਾਏ ਕਿੱਦਾਂ ਸਮਝਾਵਾਂ ਮੈਂ ਮੰਮੀ ਨੂੰ ਮੈਨੂੰ ਪਤਾ ਉਹ ਮੇਰੀ ਫਿਕਰ ਕਰਨ ਦੇ ਆ ਮੇਰੇ ਚੰਗੇ ਵਾਸਤੇ ਹੀ ਕਹਿਣ ਦੇ ਆ ਪਰ ਮੈਂ ਉਹ ਵੀ ਨਹੀਂ ਭੁੱਲ ਸਕਦੀ ਮੈਂ ਬੜਾ ਰੂਡ ਉਹਨਾਂ ਨਾਲ ਬੋਲੀ ਹੈ ਪਰ ਮੈਂ ਕੁਛ ਨਹੀਂ ਕਰ ਸਕਦੀ ਮੈਂ ਇਸ ਵਾਰ ਜਾਣਾ ਨਹੀਂ ਬਿਲਕੁਲ ਨਹੀਂ ਜਾਣਾ ਕਹਿੰਦੀ ਮੈਨੂੰ ਫੋਨ ਨਾ ਕਰੋ ਹੁਣ ਇਸ ਟੌਪਿਕ 'ਤੇ ਅਤੇ ਮੇਰੇ ਨਾਲ ਕੋਈ ਗੱਲ ਨਾ ਕਰੋ ਅਤੇ ਕਿਹਦੇ ਨਾਲ ਗੱਲ ਕਰਾਂ ਇਹਨੂੰ ਪਾਗਲ ਜੀ ਨੂੰ ਪਤਾ ਨਹੀਂ ਹੈਗਾ ਸੱਸ ਘਰ ਸਾਂਭੇ ਕੀ ਕਰੇਗੀ ਨਿੱਕੀ ਜਿਹੀ ਕੁੜੀ ਹੈ ਕਾਸ਼ਵੀ ਕਾਸ਼ਵੀ ਨੂੰ ਵੀ ਸਾਂਭੇਗੀ ਘਰ ਵੀ ਸਾਂਭੇਗੀ ਆਇਆ ਗਿਆ ਵੀ ਸਾਂਭੇਗੀ ਪਤਾ ਨਹੀਂ ਕਿਹੜੀ ਜਿੱਦ ਫੜ ਕੇ ਬਹਿ ਗਈ ਹੈ ਐਤਕੀ ਕਿ ਮੈਂ ਆਉਣਾ ਹੀ ਨਹੀਂ ਗਾ ਸੁਣਨ ਤੇ ਸਮਝ ਤੋਂ ਬਾਹਰ ਇਸ ਕੁੜੀ ਢੀਠ ਹੀ ਹੋ ਗਈ ਹੈ ਐਤਕੀ ਕੀ ਕਰਾਂ ਮੈਂ ਤਾਂ ਜਾਂ ਤਾਂ ਭਰਾ ਨਾਲ ਗੱਲ ਕਰਾਂ ਇਹਨੂੰ ਲੈ ਕੇ ਤਾਂ ਆਉਣਾ ਹੀ ਪੈਣਾ ਇੱਥੇ ਕਿਸੇ ਨਾ ਕਿਸੇ ਤਰੀਕੇ ਟੈਨਸ਼ਨ ਹੀ ਦਿੰਦੀ ਆਪ ਇਹ ਜੇ ਹਾਲ 'ਚ ਹੈਗਾ ਡਾਕਟਰ ਨੇ ਕਿਹਾ ਕੰਪਲੀਟਲੀ ਬੈੱਡ ਰੈਸਟ ਕਰਨੀ ਇਹਨੇ ਅਤੇ ਆਰਾਮ ਕਿੱਥੇ ਨਾ ਸੱਸ ਨੂੰ ਵਿਚਾਰੀ ਨੂੰ ਚੈਨ ਅਤੇ ਨਾ ਫਿਰ ਇਹਨੇ ਚੈਨ ਲੈਣਾ ਕਿਰਨ ਹਾਂਜੀ ਮੰਮੀ ਆ ਲੈ ਪੁੱਤ ਦੁੱਧ ਪੀ ਲਾ ਅਤੇ ਕਾਸ਼ਵੀ ਨੂੰ ਮੈਂ ਸਵਾਰਤਾ ਹੈਗਾ ਸਕੂਲੋਂ ਆ ਕੇ ਅਤੇ ਰੋਈ ਜਾਂਦੀ ਸੀ ਮੈਂ ਮੰਮਾ ਕੋਲ ਜਾਣਾ ਮੈਂ ਕਿਹਾ ਮੈਂ ਨਹੀਂ ਤੈਨੂੰ ਮੰਮਾ ਕੋਲ ਜਾਣ ਦੇਣਾ ਫਿਰ ਤੈਨੂੰ ਪਤਾ ਕਿੰਨਾ ਸਤਾਉਂਦੀ ਹੈਗੀ ਆ ਉਹਨੂੰ ਮੈਂ ਸਵਾਰਤਾ ਅਤੇ ਆ ਲੈ ਦੁੱਧ ਪੀ ਲਾ ਮੇਰੀ ਧੀ ਦੇਸੀ ਘਿਓ ਪਾਤਾ ਵਿੱਚ ਥੋੜ੍ਹਾ ਜਿਹਾ ਮੰਮੀ ਮੇਰਾ ਮਨ ਨਹੀਂ ਕਰਨ ਦਿਆ ਬਿਲਕੁਲ ਵੀ ਪੀਣ ਦਾ ਮਨ ਨਹੀਂ ਕਰਨ ਦਿਆ ਪੁੱਤਰ ਸਵੇਰ ਤੋਂ ਬਦਾਮ ਵੀ ਨਹੀਂ ਖਾਧੇ ਮੇਰੀ ਧੀ ਕੀ ਗੱਲ ਉਦਾਸ ਕਿਉਂ ਇੰਨੀ ਨਹੀਂ ਨਹੀਂ ਮੰਮੀ ਮੈਂ ਕਿਹਾ ਤੁਸੀਂ ਇਕੱਲੇ ਲੱਗੇ ਜੇ ਸਾਰੇ ਕੰਮ ਅਤੇ ਇਸ ਕਰਕੇ ਮੈਨੂੰ ਹੁੰਦੇ ਆ ਪੁੱਤਰ ਤੂੰ ਕਿਉਂ ਫਿਕਰ ਕਰਦੀ ਹੈ ਜਿੰਨਾ ਮੇਰੇ ਕੋਲ ਹੁੰਦਾ ਮੈਂ ਉਨਾ ਹੀ ਕਰਦੀ ਹਾਂ ਬਾਕੀ ਜਾਣ ਲੱਗਾ ਥੋੜ੍ਹਾ ਬਹੁਤਾ ਗੋਲਡ ਵੀ ਮੇਰੇ ਹੱਥ ਵਟਾ ਕੇ ਜਾਂਦਾ ਫਿਕਰ ਨਾ ਕਰ ਤੂੰ ਇਸ ਗੱਲੋਂ ਠੀਕ ਹੈ ਮੰਮੀ ਇਸ ਤਰ੍ਹਾਂ ਕਰੋ ਤੁਸੀਂ ਨਾ ਹਜੇ ਲੈ ਜਾਓ ਮੈਂ ਥੋੜ੍ਹੀ ਰੈਸਟ ਕਰ ਲਾਂ ਮੈਂ ਬਾਅਦ ਚੋਂ ਪੀ ਲਾਂਗੀ ਹਾਂ ਠੀਕ ਹੈ ਅਤੇ ਕਾਸ਼ਵੀ ਨੂੰ ਕਿੰਨੇ ਵਜੇ ਦੁੱਧ ਦੇਣਾ 4 ਵਜੇ ਟਿਊਸ਼ਨ 'ਤੇ ਭੇਜਦੀ ਹੈ ਨਾ ਉਦੋਂ ਹਾਂਜੀ ਮੰਮੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੰਮੀ ਤੁਹਾਨੂੰ ਕੀ ਦੱਸਾਂ ਮੈਂ ਕੀ ਹੋਇਆ ਸੀ ਪਹਿਲਾਂ ਮੈਨੂੰ ਉਹੀ ਦਿਨ ਯਾਦ ਆ ਗਏ ਤਾਂ ਹੀ ਮੈਂ ਉਦਾਸ ਸੀ ਪਰ ਮੈਂ ਤੁਹਾਨੂੰ ਨਹੀਂ ਨਾ ਦੱਸ ਸਕਦੀ ਮੰਮੀ ਤਾਂ ਫੋਨ ਕਰਕੇ ਕਹੀ ਜਾਂਦੇ ਆ ਜਾ ਪਰ ਮੈਂ ਇਸ ਵਾਰ ਨਹੀਂ ਜਾਣਾ ਮੈਂ ਇਸ ਵਾਰ ਨਹੀਂ ਜਾਣਾ ਉਹਨਾਂ ਘਰ ਮੈਂ ਇੱਥੇ ਹੀ ਰਹਿਣਾ ਕਿਉਂਕਿ ਪਹਿਲੀਆਂ ਗੱਲਾਂ ਮੈਨੂੰ ਹਜੇ ਤੱਕ ਨਹੀਂ ਯਾਦ ਆ ਮੈਂ ਕਿਸੇ 'ਤੇ ਬੋਝ ਨਹੀਂ ਬਣ ਸਕਦੀ ਨਹੀਂ ਜਾਣਾ ਮੈਂ ਮੰਮੀ
ਤੁਸੀਂ ਲੇਟ ਜਾਓ ਥੋੜੀ ਦੇਰ ਇਹਨੇ ਤੁਹਾਨੂੰ ਸਾਰੀ ਰਾਤ ਨਹੀਂ ਸੌਣ ਦੇਣਾ ਫਿਰ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਤੂੰ ਇੰਨੀ ਦੇਰ ਬੈਠ ਨਾ ਚੁੱਪ ਕਰਕੇ ਲੇਟ ਜਾ ਤੂੰ ਪਹਿਲੇ ਸੋ ਲੈ ਤੂੰ ਉੱਠ ਜਾਏਗੀ ਤੇ ਥੋੜ੍ਹੀ ਦੇਰ ਮੈਂ ਸੋਣਾਂਗੀ ਤੂੰ ਅਜੇ ਮੈਨੂੰ ਚੁੱਕੇ ਨੂੰ ਬਹਿਣ ਦੇ ਨਾਲ ਮੇਰੀ ਗੱਲ ਸੁਣ ਹਾਂਜੀ ਮੰਮੀ ਇਹਦਾ ਨਾਮ ਤੇ ਆਪਾਂ ਰੱਖਣਾ ਹੀ ਤੇਰੀ ਸੱਸ ਕਿਤੇ ਗੁੱਸਾ ਨਾ ਕਰੇ ਓਹੋ ਉਹਨਾਂ ਦੀ ਟੈਨਸ਼ਨ ਨਾ ਲਓ ਤੁਸੀਂ ਤੁਹਾਨੂੰ ਪਤਾ ਉਹ ਕਿੰਨੇ ਚੰਗੇ ਉਹਨਾਂ ਨੇ ਕੁਛ ਨਹੀਂ ਕਹਿਣਾ ਉਹਨਾਂ ਨੇ ਤਾਂ ਸਗੋਂ ਖੁਸ਼ ਹੋਣਾ ਵਾ ਕਿ ਇਹਦਾ ਨਾਮ ਇਹਦੀ ਨਾਨੀ ਨੇ ਰੱਖਿਆ ਵਾ ਇਹਦਾ ਨਾਮ ਅਸੀਂ ਪਤਾ ਕੀ ਰੱਖਣਾ ਹੈ ਹਾਂਜੀ ਮੰਮੀ ਮੈਂ ਸੋਚਿਆ ਹੈ ਕਾਸ਼ਵੀ ਵਾਹ ਮੰਮੀ ਕਿੰਨਾ ਸੋਹਣਾ ਨਾਮ ਆ ਇੰਨਾ ਸੋਹਣਾ ਨਾਮ ਰੱਖਣਾ ਮੈਂ ਵੀ ਧੀ ਦਾ ਕਾਸ਼ਵੀ ਮੰਮੀ ਹੂੰ ਚਲੋ ਫਿਰ ਇਹ ਵੀ ਤਾਂ ਦੱਸੋ ਕਾਸ਼ਵੀ ਦਾ ਮਤਲਬ ਕੀ ਆ ਕਾਸ਼ਵੀ ਦਾ ਮਤਲਬ ਚਾਨਣਾ ਰੋਸ਼ਨੀ ਵਾਹ ਮੰਮੀ ਕਿੰਨਾ ਸੋਹਣਾ ਨਾਮ ਆ ਹਾਂ ਉਸ ਤਰ੍ਹਾਂ ਹੀ ਸਾਡਾ ਨਾਮ ਨਾ ਵੱਡੇ ਹੋ ਕੇ ਰੋਸ਼ਨ ਕਰੇਗੀ ਮੇਰਾ ਬੱਚਾ ਫਿਰ ਨਾਨੀ ਦੇ ਘਰ ਹੋਈ ਨਾਨੀ ਦੀ ਗੁੜਤੀ ਤੇ ਨਾਨੀ ਵਰਗੀ ਹੋਣਾ ਨਾ ਇਹ ਗੱਲ ਤੇ ਹੈਗੀ ਆ ਮੰਮੀ ਹਾਂ ਮੇਰਾ ਬੱਚਾ ਬਸ ਖੁਸ਼ ਰਵੇ ਲੰਬੀਆਂ ਲੰਬੀਆਂ ਉਮਰਾਂ ਆਉਣ ਮੇਰੇ ਬੱਚੇ ਦੀਆਂ ਚੱਲ ਹੁਣ ਤੂੰ ਸੋ ਜਾ ਪੁੱਤ ਠੀਕ ਆ ਮੰਮੀ ਲੇਟ ਜਾ ਥੋੜ੍ਹੀ ਜਾ ਲੇਟ ਜਾ ਮੈਂ ਜਾ ਗੁਰਪ੍ਰੀਤ ਗੁਰਪ੍ਰੀਤ ਹਾਂਜੀ ਮੰਮੀ ਜੀ ਕੀ ਸਿਆਪਾ ਪਾਇਆ ਮੇਰੇ ਨਾਨ ਨੇ ਹਾਂ ਡਿਲੀਵਰੀ ਵੀ ਇੱਥੇ ਹੋਈ ਸਾਰਾ ਕੁਛ ਇੱਥੇ ਮੈਂ ਸਾਰਾ ਦਿਨ ਮਰ ਜਾਂਦੀ ਇਹਨਾਂ ਦੇ ਕੰਮ ਕਰਦੇ ਕਰਦੇ ਕਦੀ ਕੋਈ ਕੰਮ ਕਰੋ ਕਦੀ ਕੋਈ ਕੰਮ ਕਰੋ ਇਹਨਾਂ ਦੇ ਤਾਂ ਕੰਮ ਹੀ ਨਹੀਂ ਮੁੱਕਣੇ ਹੋਰ ਸੁਣਾਓ ਤੁਸੀਂ ਠੀਕ ਠਾਕ ਹੋ ਚਲੋ ਹੁਣ ਵੀ ਵਾਜਾਂ ਹੀ ਪੈਂਦੀਆਂ ਪਈਆਂ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਬਾਅਦ 'ਚ ਕਰਦੀ ਹਾਂ ਕੋਈ ਨਾ ਕੋਈ ਕੰਮ ਹੋਣਾ ਤਾਂ ਹੀ ਵਾਜਾਂ ਦਿੰਦੇ ਪਏ ਓਕੇ ਬਾਏ ਕੋਈ ਨਾ ਕੋਈ ਕੰਮ ਹੀ ਆਉਣਾ ਮੈਂ 24 ਘੰਟੇ ਬੁਲਾਉਂਦੇ ਰਹਿੰਦੇ ਹਾਂ ਹਾਂ ਵਿਹਲੇ ਬੈਠੇ ਰਹਿੰਦੇ ਮੈਨੂੰ ਕੰਮ ਕਹਿੰਦੇ ਰਹਿੰਦੇ ਹਾਂਜੀ ਮੰਮੀ ਜੀ ਗੁਰਪ੍ਰੀਤ ਹਾਂਜੀ ਮੈਂ ਤੈਨੂੰ ਬੇਟੇ ਵਾਜਿਆਂ ਬਾਰੇ ਤਾਂ ਸੁਣਿਆ ਹੀ ਨਹੀਂ ਆਉਂਦੀ ਵੀ ਸੀ ਕੰਮ ਕਰਦੀ ਅੱਛਾ ਅਤੇ ਉਹ ਮੇਰੀ ਗੱਲ ਸੁਣ ਉਹ ਦੀਦੀ ਨੂੰ ਸੁੰਡ ਬਣਾ ਦੇ ਬਣਾ ਦਿੰਦੀ ਹਾਂ ਮੈਂ ਵੀ ਕੰਮ ਕਰਦੀ ਵੀ ਸਰ ਰਾਤੀ ਵੀ ਮੈਂ ਇੰਨੀ ਲੇਟ ਸੁੱਤੀ 12 ਵਜੇ ਮੈਨੂੰ ਕੰਮ ਕਰਦੇ ਆ ਕਦੀ ਬੱਚੇ ਦੀ ਬੋਤਲ ਬੁਆਇਲ ਕਰੋ ਕਦੀ ਕਦੀ ਉਹਦਾ ਦੁੱਧ ਗਰਮ ਕਰੋ ਸਾਰੀ ਰਾਤ ਮੈਂ ਵੀ ਨਹੀਂ ਸੌ ਪਾਉਂਦੀ ਚੰਗੀ ਤਰ੍ਹਾਂ ਸਵੇਰ ਦੀ ਉੱਠੀ ਹੋਈ ਹਾਂ ਤੁਹਾਨੂੰ ਪਤਾ ਹੀ ਹੈ ਤੜਕੇ ਵੀ ਜਲਦੀ ਉੱਠ ਜਾਂਦੀ ਹਾਂ ਸਾਰਾ ਦਿਨ ਮੈਂ ਵੀ ਇਨਸਾਨ ਹੀ ਕਿੰਨਾ ਕੁ ਕੰਮ ਕਰ ਲਾਂਗੀ ਫਿਰ ਕੀ ਹੋ ਗਿਆ ਗੁਰਪ੍ਰੀਤ ਯਾਰ ਤੂੰ ਇਹ ਕਰਦੇ ਜੀਆਂ ਦਾ ਕੰਮ ਹੈ ਤੂੰ ਕਿਹੜਾ ਬਾਹਰ ਕਿਸੇ ਕੰਮ ਕਰਕੇ ਆਈ ਹੈ ਤੂੰ ਮੈਂ ਨਹੀਂ ਮੰਮੀ ਭਾਬੀ ਵੀ ਥੱਕ ਗਏ ਹੋਣੇ ਆ ਤੁਸੀਂ ਰਹਿਣ ਦਿਓ ਕੀ ਕਰਨਾ ਦੱਸੋ ਮੈਨੂੰ ਰਲ ਮਿਲ ਕੇ ਹੁੰਦਾ ਪੁੱਤਰ ਤੇ ਕਰਦੀ ਤੇ ਪਈ ਆ ਮੈਂ ਕਦੋਂ ਮਨਾ ਕੀਤਾ ਕਰਦੀ ਵੀ ਜਿੰਨਾ ਮੇਰੇ ਕੋ ਹੁੰਦਾ ਵੇ ਬੇਟੇ ਇੱਕ ਕੰਮ ਹੁੰਦਾ ਹੱਸ ਕੇ ਕਰਨਾ ਇੱਕ ਕੰਮ ਹੁੰਦਾ ਗੁੱਸੇ ਨਾਲ ਕਰਨਾ ਹੱਸ ਕੇ ਕਰ ਪੁੱਤਰ ਫਿਰ ਕੀ ਹੋ ਗਿਆ ਹੱਸ ਕੇ ਇੱਥੇ ਸਾਡਾ ਫਰਜ਼ ਹੈਗਾ ਤੇਰੀ ਭੈਣ ਨਹੀਂ ਹੋ ਭੈਣ ਹੈ ਮੈਂ ਕਦੋਂ ਗਿਆ ਨਹੀਂ ਭੈਣ ਹੈ ਕਰਦੀ ਪਈ ਪਰ ਮੇਰੇ ਕੋ ਜਿੰਨਾ ਹੁੰਦਾ ਮੈਂ ਉਹਨਾਂ ਕਰਾਂਗੀ ਨਾ ਦੱਸੋ ਹੁਣ ਮੈਂ ਕੀ ਦੱਸਾਂ ਤੈਨੂੰ ਸੁੰਡ ਬਣਾ ਕੇ ਲਿਆ ਦੇ ਉਹਨੂੰ ਕਿਰਨ ਨੂੰ ਥੋੜੀ ਜਿਹੀ ਨਾਲ ਦੁੱਧ ਦਾ ਕੱਪ ਗਰਮ ਕਰ ਦੇ ਚਲੋ ਬਣਾ ਦੇਣੀ ਮੈਂ ਤੇ 2 ਮਿੰਟ ਮੇਰੀ ਗੱਲ ਸੁਣੋ ਆ ਕੇ ਕਿਚਨ ਚ ਜਰਾ ਤੇ ਹੁਣ ਕਿਹੜਾ ਕੰਮ ਪੈ ਗਿਆ ਕੰਮ ਆ ਗਿਆ ਮੈਨੂੰ ਤੁਹਾਡੇ ਨਾਲ 2 ਮਿੰਟ ਆਇਓ ਤੇ ਮੰਜੇ ਤੇ ਬੈਠੇ ਰਹਿੰਦੇ ਹੋ ਸਾਰਾ ਦਿਨ ਮੇਰੇ ਜੋਗਾ ਸਿਆਪ ਮੰਮੀ ਭਾਬੀ ਨੂੰ ਕੀ ਹੋਇਆ ਕਿਵੇਂ ਭੁੱਲ ਕੇ ਗਏ ਪਰੇਸ਼ਾਨ ਆ ਕਿਸੇ ਗੱਲੋਂ ਜਾਂ ਮੇਰੇ ਕੋਲੋਂ ਪਰੇਸ਼ਾਨ ਆ ਨਹੀਂ ਨਹੀਂ ਤੇਰੇ ਕੋਲੋਂ ਕਿਉਂ ਪਰੇਸ਼ਾਨ ਹੋਣਾ ਵੈਸੇ ਵੈਸੇ ਕਿਸੇ ਉਸੇ ਦੇ ਕੰਮ ਲੱਗੀ ਖੱਪ ਗਈ ਹੋਣੀ ਕੋਈ ਗੱਲ ਨਹੀਂ ਅੱਜ ਉਹ ਇੱਕ ਕੰਮ ਵਾਲੀ ਆਈ ਨਹੀਂ ਨਾ ਹੈਗੀ ਪੋਚਿਆਂ ਵਾਲੀ ਮੈਨੂੰ ਲੱਗਦਾ ਉਹਦਾ ਗੁੱਸਾ ਚੜਿਆ ਹੋਣਾ ਸੋ ਕੋਈ ਗੱਲ ਤੂੰ ਟੈਨਸ਼ਨ ਨਾ ਲੈ ਮੇਰੇ ਪੁੱਤਰ ਤੂੰ ਨਾ ਟੈਨਸ਼ਨ ਲੈ ਟੈਨਸ਼ਨ ਨਹੀਂ ਰੱਖੀ ਦੀ ਤੂੰ ਇਹ ਫੜ ਜਰਾ ਕਹਿੰਦੀ ਸੀ ਕੋਈ ਕੰਮ ਦੀ ਗੱਲ ਸੁਣ ਕੇ ਆਵਾਂ ਮੈਂ ਕੁਛ ਪੁੱਛਣਾ ਹੁਣ ਚੱਲ ਅੱਛਾ ਤੂੰ ਇੱਦਾਂ ਕਰ ਇੱਕ ਮਿੰਟ ਇਹਨੂੰ ਫੜ ਤੇ ਰਵੇ ਗੱਲ ਸੁਣ ਕੇ ਆਵਾਂ ਸੋ ਕੀ ਕਹਿੰਦੀ ਹਾਂ ਮੇਰੀ ਕਾਸ਼ੀ ਸ਼ਾਮ ਥੋੜ੍ਹੀ ਦੇਰ ਮੈਂ ਫਿਰ ਆਉਂਦੀ ਹਾਂ ਠੀਕ ਆ ਧਿਆਨ ਕਰ ਚੁੱਕੇ ਹਵਾ ਨਾ ਲੱਗ ਜੇ ਕੰਮ ਚੰਗੀ ਤਰ੍ਹਾਂ ਨਾਲ ਪੇਟ ਲੈ ਹਾਂਜੀ ਹਾਂਜੀ ਮੰਮੀ ਤੇ ਟੈਨਸ਼ਨ ਨਾ ਲਓ ਮੈਂ ਕਰ ਲੈਣੀ ਤੁਸੀਂ ਸੋਨਾ ਭਾਬੀ ਜੀ ਕੀ ਕਹਿੰਦੇ ਨਾਲ ਮੇਰੇ ਦੁੱਧ ਤੇ ਸੁੰਡ ਬਣਾ ਦੇ ਠੀਕ ਆ ਅੱਜ ਮੈਂ ਗੱਲ ਕਰਕੇ ਰਹਿਣੀ ਸਾਰਾ ਸਿਆਪਾ ਮੇਰੇ ਚੁੱਕਾ ਹੀ ਪਾਇਆ ਆਵੇ ਹਾਂ ਆਪਣੀ ਧੀ ਸਾਂਭੋ ਆਪੇ ਗੁਰਪ੍ਰੀਤ ਹਾਂਜੀ ਹਾਂ ਦੱਸ ਕੀ ਗੱਲ ਕਰਨੀ ਮੈਂ ਤੁਹਾਡੇ ਨਾਲ ਹਾਂ ਦੱਸ ਮੇਰੇ ਚੁੱਕਾ ਕੀ ਜਾਬਾ ਪਾਇਆ ਹੋਇਆ ਜੀ
आहो मेरे को नहीं आंदा। जब कदा जब यार वो बैठे रहिंदे हो तुसीं वी उहनां दे कोल बैठे रहिंदे हो जिहड़ा काम तुसीं मैनूं वार वार आवाजां मारदे हो तुहानूं नज़र नहीं आंदा पिया किते कि मैं भी इंसान हाँ। गुरप्रीत तू किदां दियां गल्लां करदी पई है ਉਹ ਧੀ ਹੈ ਸਾਡੀ ਆ ਤੇ ਧੀ ਹੈ ਫਿਰ ਸਾਂਭੋ ਤੁਸੀਂ ਨਾ ਤੇ ਸਾਂਭਦੇ ਹੀ ਪਏ ਆ ਫਰਜ਼ ਹੈ ਸਾਡਾ ਉਹਦਾ ਕਰਨਾ ਹਾਂਜੀ ਫਰਜ਼ ਹੈ ਤੁਹਾਡਾ ਸਾਰੇ ਫਰਜ਼ ਮੈਂ ਨਹੀਂ ਕਰ ਸਕਦੀ ਤੇ ਗੁਰਪ੍ਰੀਤ ਜਿੰਨਾ ਸਾਡੇ ਕੋਲ ਹੁੰਦਾ ਸੀ ਵੀ ਉਹਨਾਂ ਕਰਦੇ ਹੀ ਪਏ ਆ ਨਾਲ ਤੇਰੇ ਤੂੰ ਕਿਹੜਾ ਇਕੱਲੀ ਲੱਗੀ ਰਹਿੰਦੀ ਹੈ ਇਹ ਕੀ ਤਰੀਕਾ ਬੋਲਣ ਦਾ ਆਪਣੀ ਭੈਣ ਨਾਲ ਤੇਰੀ ਛੋਟੀ ਭੈਣ ਹੈ ਉਹ ਹਾਂ ਛੋਟੀ ਭੈਣ ਹੈ ਫਰਜ਼ ਸਾਰੀ ਅਸੀਂ ਕਰਦੇ ਪਏ ਪੂਰੇ ਕੀ ਨਹੀਂ ਕਰਦੇ ਪਏ ਕਿਹੜੀ ਕਮੀ ਰਹਿ ਗਈ ਹੈ ਦੱਸੋ ਕਦੀ ਕਾਜੂ ਲਿਆਓ ਕਦੀ ਘਿਓ ਲਿਆਓ ਕਦੀ ਕੁਛ ਲਿਆਓ ਕੋਈ ਨਾ ਕੋਈ ਖਰਚਾ ਤੁਰਿਆ ਹੀ ਰਹਿੰਦਾ ਤੇ ਫਿਰ ਕੀ ਹੋ ਗਿਆ ਕਦੀ ਬੱਚੇ ਦਾ ਪ੍ਰੋਟੀਨ ਵਾਲੇ ਡੱਬੇ ਖਤਮ ਹੋ ਗਏ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਦਾ ਜ਼ਮਾਨਾ ਕਿਵੇਂ ਕਰਦੇ ਪਏ ਅਸੀਂ ਖਰਚਾ ਤੁਹਾਡਾ ਤੇ ਮੂੰਹ ਹਿਲਦਾ ਵੇ ਆਹੋ ਤੁਹਾਡਾ ਤੇ ਮੂੰਹ ਹਿਲਦਾ ਬੈਠੇ ਬੈਠੇ ਤੁਸੀਂ ਆਰਡਰ ਦੇ ਦਿੰਦੇ ਹੋ ਅੱਛਾ ਤੇ ਖਰਚਾ ਤੇ ਮੇਰੇ ਘਰ ਵਾਲੇ ਨੂੰ ਕਰਨਾ ਪੈਂਦਾ ਪਿਆ ਸਾਰੇ ਫਰਜ਼ ਅਸੀਂ ਕਰਦੇ ਪਏ ਹਾਂ ਪੂਰੇ ਤੇ ਉਹਨਾਂ ਦੇ ਸਹੁਰਿਆਂ ਦਾ ਕੋਈ ਫਰਜ਼ ਨਹੀਂ ਹੈ ਸਾਰੇ ਸਹੁਰਿਆਂ ਦੇ ਫਰਜ਼ ਅਸੀਂ ਕਰੀਏ ਸਾਰੇ ਖਰਚੇ ਸਾਡੇ ਸਿਰ ਹੀ ਪਾਏ ਹੋਏ ਹੈ ਇੱਕ ਮਿੰਟ ਮੇਰੀ ਗੱਲ ਸੁਣ ਉੱਥੇ ਬਹਿ ਕੇ ਮੇਰੇ ਨਾਲ ਗੱਲ ਕਰ ਮੇਰੇ ਕੋਲ ਇੰਨੀ ਕਹਾਣੀ ਖਲੋ ਕੇ ਨਹੀਂ ਸੁਣੀ ਜਾਂਦੀ ਆ ਜਿਹੜਾ ਉੱਥੇ ਬਹਿ ਚਲੋ ਬਹਿ ਜਾਓ ਤੇ ਤੈਨੂੰ ਮੈਂ ਦੱਸਾਂ ਜਾਂਦੀਆਂ ਸੁਣ ਲੈਂਦੀ ਤੁਹਾਡੀ ਹੌਲੀ ਬੋਲ ਕੁੜੀ ਮੇਰੀ ਅੰਦਰ ਬੈਠੀ ਭਾਵੇਂ ਸੁਣ ਲਵੇ ਤੇ ਨਾ ਨਾ ਜਿਹੜਾ ਇੱਧਰ ਹੋ ਕੇ ਮੇਰੇ ਨਾਲ ਗੱਲ ਕਰ ਤੈਨੂੰ ਮੈਂ ਖਰਚੇ ਦੱਸਾਂ ਕਿਹੜੇ ਤੂੰ ਸਹੁਰਿਆਂ ਦੇ ਮੇਣਾ ਮਾਰਦੀ ਰਹੀ ਹੈ ਮੈਨੂੰ ਤੈਨੂੰ ਮੈਂ ਦੱਸਣੀ ਹੈ ਚੱਲ ਆ ਜਰਾ ਬਹਿ ਇੱਥੇ ਮੇਰੇ ਨਾਲ ਸਾਈਡ ਤੇ ਹੋ ਜਰਾ ਚਲੋ ਆ ਜਾਓ ਕਾਹਦਾ ਰੌਲਾ ਪੈਣ ਦੇ ਇੰਨਾ ਮੈਂ ਜਾ ਕੇ ਵੇਖਾਂ ਇੱਥੇ ਪਾਸ਼ਨ ਨਹੀਂ ਥੋੜ੍ਹੀ ਦੇਰ ਸੁੱਤੀ ਆ ਚੱਲ ਦੱਸ ਮੈਨੂੰ ਕਿਹੜੇ ਖਰਚੇ ਤੂੰ ਮੈਨੂੰ ਗਿਣਾਉਂਦੀ ਫਿਰ ਨਹੀਂ ਹੈ ਗਿਣਾਏ ਤੇ ਅਗੇ ਬਾਰ ਬਾਰ ਹੁਣ ਮੈਂ ਤਾਂ ਖਰਚੇ ਕਿ ਨਾ ਸਾਡਾ ਮੇਰੀ ਗੱਲ ਸੁਣ ਸਾਡਾ ਫਰਜ਼ ਹੈ ਉਹ ਮੇਰੀ ਧੀ ਹੈ ਤੇ ਪੂਰਾ ਕਰਦੇ ਵੀ ਆ ਨਹੀਂ ਨਾ ਤੂੰ ਕਹਿੰਦੀ ਪਈ ਹੈ ਵੀ ਉਹਦਾ ਸਹੁਰਿਆ ਕੁਛ ਤੈਨੂੰ ਕੀ ਪਤਾ ਉਹਦੇ ਸਹੁਰੇ ਕੋਈ ਤਾਂ ਸਾਰਾ ਖਰਚਾ ਦੇ ਸਹੁਰੇ ਕਰਦੇ ਪਏ ਨੇ ਕਿੱਥੇ ਕਰਦੇ ਪਏ ਆ ਕੀ ਕੀਤਾ ਹੈ ਜਦੋਂ ਉਹਦਾ ਘਰ ਵਾਲਾ ਗੋਲਡੀ ਆਉਂਦਾ 50 ਚੀਜ਼ਾਂ ਹੱਥ 'ਚ ਲੈ ਕੇ ਆਉਂਦਾ ਉਹਦੇ ਤੋਂ ਕੋਈ ਨਹੀਂ ਵੇਖਦੀ ਮੇਰੀ ਗੱਲ ਸੁਣ ਜਦੋਂ ਵੀ ਗੋਲਡੀ ਆਉਂਦਾ ਹੈ ਨਾ 50 ਚੀਜ਼ਾਂ ਲੈ ਕੇ ਆਉਂਦਾ ਹੱਥ 'ਚ ਹੈ ਉਹ ਤੇ ਤੂੰ ਕੋਈ ਨਹੀਂ ਵੇਖਦੀ ਹੈਗੀ ਵੇਖਦੀ ਆ ਕਿਉਂ ਨਹੀਂ ਵੇਖਦੀ ਜੇ ਤੂੰ ਆਪਣੇ ਜੋਗਾ ਕਰਦੇ ਪਈ ਆ ਜੇ ਤੂੰ ਵੇਖਦੀ ਹੋਵੇਂ ਨਾ ਤੇ ਤੂੰ ਕਵੇਂ ਹੀ ਆ ਤੇ ਨਾਲ ਤੂੰ ਕਿਉਂ ਕਹਿੰਦੀ ਪਈ ਹੈ ਕਿਉਂ ਕਹਿੰਦੀ ਪਈ ਜਿਹੜਾ ਘਿਓ ਦਾ ਡੱਬਾ ਉਸ ਗੋਲਡੀ ਦੇ ਹੱਥੋਂ ਦੀ ਸੱਸ ਨੇ ਭੇਜਿਆ ਨਾ 5 ਕਿਲੋ ਦੀ ਸੱਸ ਨੇ ਭੇਜਿਆ ਹੀ ਅਸੀਂ ਨਹੀਂ ਉਹ ਮੰਗਾਇਆ ਮੈਂ ਨਹੀਂ ਸੀ ਉਹਨੂੰ ਪੈਸੇ ਦਿੱਤੇ ਗੋਲਡੀ ਨੂੰ ਉਹ ਆਪਣੇ ਕੋਲੋਂ ਲੈ ਕੇ ਆਇਆ ਹੀ ਘਰੋਂ ਲਿਆਇਆ ਹੀ ਤੇ ਉਹਦੀ ਸੱਸ ਨੇ ਭੇਜਿਆ ਹੀ ਔਰ ਬਦਾਮ ਕਾਜੂ ਸਾਰੇ ਜਿਹੜੇ ਅੱਜ ਮੇਰੀ ਧੀ ਖਾਂਦੀ ਪਈ ਹੈ ਨਾ ਤੇ ਗੋਲਡੀ ਆਉਂਦੀ ਵਾਰੀ 50 ਚੀਜ਼ਾਂ ਲਿਆਂਦਾ ਹੱਥ 'ਚ ਜਿਹੜੀ ਅੱਜ ਤੂੰ ਲੱਗੀ ਗੱਲਾਂ ਕਰਨ ਤੇਰਾ ਖਰਚਾ ਮੇਰੀ ਗੱਲ ਸੁਣ ਜੇ ਤੇ ਤੁਹਾਡਾ ਗੁਰਪ੍ਰੀਤ ਜੇ ਤੁਹਾਡਾ ਕੋਈ 2-3 ਹਜ਼ਾਰ ਰੁਪਈਆ ਲੱਗ ਵੀ ਜਾਏਗਾ ਤੇ ਕਿਹੜੀ ਆਖਰ ਆ ਚੱਲੀ ਹੈ ਧੀ ਹੈ ਸਾਡੀ ਉਹਦਾ ਕੋਈ ਹੱਕ ਨਹੀਂ ਹੈਗਾ ਉਹਦਾ ਸਾਡਾ ਕੋਈ ਫਰਜ਼ ਨਹੀਂ ਬਣਦਾ ਉਹਦੇ ਪ੍ਰਤੀ ਤੂੰ ਕਿਵੇਂ ਦੀ ਗੱਲਾਂ ਕਰਦੀ ਹੈ ਤੇਰੀ ਸੋਚ ਕਿਵੇਂ ਦੀ ਹੈ ਆ ਟੇਢੇ ਮੇਢੇ ਮੂੰਹ ਨਾ ਬਣਾਇਆ ਕਰ ਮੇਰੇ ਸਾਹਮਣੇ ਆਈ ਵੱਡੀ ਖਰਚੇ ਸੁਣਾਉਣ ਵਾਲੀ ਮੈਨੂੰ ਮੈਨੂੰ ਨਾ ਖਰਚੇ ਸੁਣਾਈ ਬਿਲਕੁਲ ਮੇਰੀ ਧੀ ਦਾ ਖਰਚਾ ਖਾਸ ਤੌਰ 'ਤੇ ਨਾ ਮੈਨੂੰ ਸੁਣਾਈ ਉਹ ਮੇਰੇ 'ਤੇ ਬੋਝ ਨਹੀਂ ਹੋਏਗੀ ਤੇਰਾ ਨਹੀਂ ਕੀਤਾ ਤੇਰੇ ਬੱਚੇ ਹੋਏ ਨੇ ਤੈਨੂੰ ਕਿਹੜੀ ਚੀਜ਼ ਦੀ ਕਮੀ ਆਉਣ ਦਿੱਤੀ ਹੈ ਅਤੇ ਉਹਦੇ ਵਾਰੀ ਹੁਣ ਤੈਨੂੰ ਮੈਂ ਕਹਾਂ ਮਾਂ ਆਪਣੇ ਮੂੰਹ ਕਹਿੰਦੀ ਚੰਗੀ ਨਹੀਂ ਲੱਗਦੀ ਤੂੰ ਮੇਰੀ ਧੀ ਦੇ ਸਿਆਪੇ ਸੁਣਾਉਂਦੀ ਪਈ ਹੈ ਜੋ ਵੀ ਹੈ ਨਾ ਮੇਰੇ ਕੋਲ ਨਹੀਂ ਹੁੰਦਾ ਬਥੇਰੀ ਸੇਵਾ ਕਰ ਲਈ ਮੈਂ ਉਹਨਾਂ ਦੀ ਹੁਣ ਚੱਲ ਫਿਰ ਇਸੇ ਗੱਲ ਤੇ ਰਹੀ ਉਹਨਾਂ ਨੂੰ ਭੇਜੋ ਹੁਣ ਮੇਰੇ ਕੋਲ ਭੇਜਾਂ ਮੈਂ ਮੇਰੇ ਕੋਲ ਨਹੀਂ ਮੇਰੀ ਧੀ ਹੈ ਮੈਂ ਕਿਉਂ ਭੇਜਾਂ ਕੋਈ ਨਹੀਂ ਆਉਂਦਾ ਨਾ ਹੁਣੇ ਮੁੰਡਾ ਉਹ ਨਾਲ ਗੱਲ ਕਰਦੀ ਹਾਂ ਮੈਂ ਵੀ ਐਵੇਂ ਕਹਿੰਦੀ ਆ ਚਲੋ ਕਰ ਲੈਣਾ ਗੱਲ ਆਹੋ ਠੀਕ ਹੈ ਗੁਰਪ੍ਰੀਤ ਮੇਰੀ ਗੱਲ ਸੁਣ ਕੇ ਜਾ ਗੱਲ ਸ਼ੁਰੂ ਕੀਤੀ ਹੈ ਨਾ ਤੇ ਸੁਣ ਜੇ ਉਹ ਇੱਥੇ ਨਾ ਇੱਕ ਮਜ਼ਬੂਰੀ 'ਚ ਰਹਿੰਦੀ ਪਈ ਉਹਦੀ ਸੱਸ ਦੀ ਬੜੀ ਵੱਡੀ ਮਜ਼ਬੂਰੀ ਹੈ ਉੱਥੇ ਇਕੱਲੀ ਹੈ ਵਿਚਾਰੀ
सांभ नहीं सकती सारा काम ते नाल ही ठीक नहीं रहिंदी तां करके उहनूं इत्थे लिआंदा। अच्छा ते बथेरी सेवा कर ली है हुण उहनां दी ते मेरा ना हुण तुसीं बहुत ही बिस्तरा चुको उहनां दा ते उहनां नूं भेजो। हाए उहदी सस तैनूं मैं कहिंदी ते पई आं उहदी सस नहीं विचारी इन्ना सांभ सकदी काम। जे फिर तुहानूं इन्ना हैगा ना ते तुसीं वी नाल ही चल जाओ उहनां दे। ये की कह गई कुड़ी बस मम्मी यही कारना करके नहीं मैं आना चाहती। मैं नहीं चाहती फिर ताड़ी भाभी उस तरह ही बेइज्जती करन। सुन मैं सारा कुछ लिया सी पर मैं तुहानू दस्या नहीं क्योंकि जे मैं तुहानू दसदी तुहाडे की बीतनी सी ये मैनू ही पता सी। बस एहो ही कारण मैं नहीं आना मैं इत्थे ही रहना। सत श्री अकाल सारियां नूं कीवें हो सारे जाने होप कि तुहानू साडियां वीडियोज़ पसंद आंदियां होणगियां ते मैनू पता वा तुहानू पसंद ही आंदियां होणगियां। ते अज दा टॉपिक हैगा वा साडा तुसीं हुणे वेखोगे कि प्रैगनेंट नूं दे उत्ते हैगा वा ते उहदे विच ए आ कि मां जिहड़ी हैगी आ मां नूं अपनी धी दा बहुत फिकर आ कि कीवें उहदी सस करेगी कीवें उह सारा कुछ मैनेज करेगी। पेके दे विच ते भाभी होणगी पर पेके विच भाभी हुंदी ए सोरे परिवार च कली सस हुंदी है बड़े घर जिस तरह हुंदा कली सा हां ते आया गया भी रहंदा घर च। हां जी सारा कुछ सारा घर दा भी देखना फिर तुहानू पता ही है जिहड़ी डिलीवरी होई होवे ते ओह घर दा काम भी किन्ना वध जांदा। बिलकुल बिलकुल वधदा ते इसे करके असी इह वाला एपीसोड तैयार कीता ते कई भाभियां हुंदियां कई भाभियां हुंदियां जिहड़ियां काम तो बचण वास्ते नक मूंह वटदियां सेवा भी नहीं करदियां ते उहनां नूं इह हुंदा कि साडे पैसे लगण दे आ उहनां दा खर्चा बचण दे आ ते साडे बिलकुल बल्कि धीआं दे कदे बोझ ही नहीं हुंदियां इहनां को भी करन तो ना कतरांदियां नहीं। अच्छा भैन जी एहदे विच इह है कि तुसीं लड़की दी मां दे होण दे नाते ते मैं लड़के दी मां दे आपां दोवें कुड़मणियां नहीं हैगियां इक भैणा भैणा वाला वी साडा रिलेशन हो जांदा तद करके आपां इक दूजे दी मदद करदे आ जो मेनू पिछे मेरी मम्मा नू मेरे खातिर गल्लां सुनिया पईयां ने इस वार ना सुनियां ते इस करके ओ नहीं आंदी नहीं आंदी ओ मतलब कि मेरे नाल लड़न नू तैयार हो गई कि मम्मा तुसीं जो मर्जी कर लो मैं नहीं जी आना जे ज्यादा करोगे ते मैं फोन कट दांगी। बिलकुल बिलकुल जी ते देखो चलो जी एवें करदियां इहदे विच मेन जिहड़ा हैगा सानूं भाबियां नू गल समझाउण वाली आ कि इस तरह ना करिया करो। तुसीं इह वेखो तुसीं तां सब मां अपनी नू सस नू गल्लां सुनातियां पर उस मां दे दिल ते की बीती गल ए चीज सोचो जरा तुसी ते बाकी सारे जाने कमेंट करके दस्यो कि तुहानू आ वाली स्टोरी भी किवें दी लगी। थैंक यू सो मच ते चैनल नू सब्सक्राइब वीडियो नू लाइक शेयर ते कमेंट जरूर करो। अच्छा साडी वीडियो राइट 12:30 बजे पै जांदी है 12:30 बजे तुहानू सारे नू नोटिफिकेशन आ जाएंगे ते सारे जाने साडी वीडियोस नू जरूर लाइक करियो। बाय बाय थैंक यू सो मच जी थैंक यू सो मच सब्सक्राइब।